हाँ जी, सत श्री अकाल जी। स्वागत है मित्रों थोड़ा जटाणा फार्मर यूट्यूब चैनल पर, तो जटाणा फार्मर फेसबुक पेज पर। लो भी दोस्तों, अज आप जो पहुँचे हाँ फतेहाबाद पशु मंडी से पहुँचे गए, तो दिखाने सूँ इत मझा भी डिटेल लैके देवे सूँ कुछ मझा की। तो जो वीडियो वधिया लगी वीडियो में लाइक तो चैनल में जरूर सबसक्राइब कर लियो। फतेहाबाद मंडी जी बई हरियाणे च लगती हैगी, पंजाब के बार्डर से हरियाणे के। तो अज आप उत्थे पहुंचे वीडियो शूट करना, तो लैके देवे चंगे चंगे पशुओं की डिटेल। तो वीडियो में लाइक शेयर जरूर कर दौ, तो आ जाओ फिर वीडियो के एंड तक बने रहो। जिहड़े पुराने हजे तक अपने चैनल में सबसक्राइब नहीं किया, चैनल में जरूर सबसक्राइब कर लियो। थले नीचे लाल जिहा बटन शो होंदा तुहानू, ते अगे सानू आपां डिटेल लैके दिंदे आ पशुआं दी चंगे चंगे दी। ते वीडियो नूं एंड तक देख लियो, आ जाओ जी। हाँ जी दोस्तों, लै बाईआं दी आपां पहलां कट्टी दिखाउणे आ गए, चार दंद आ गई। तो पहलां तुसीं खड़ी नूं चैकआउट कर लो, बाकी आपां बाई तों डिटेल लै लेंगे समार के सारी भी की माल मुल करदा, तो किन्ना क टाइम हो गया इन सूई नूं। बाकी आप सारी डिटेल लै देंगे, सिंगा सुंगा दी तुसीं चैक कर लो किरा नेड़े तों। आ जाओ सामने आ जाओ इधर। हाँ जी सत श्री अकाल जी, किहड़े पिंड तों आए जी? आपां ठूठे तों आए। ठूठे वाली तों, ठीक आ। ते जिहड़ी आपां आनी आ कट्टी खड़ी है जी, ये किवें सूए आ गी? पहले सूए जी। पहले सूई, सूई नूं किन्ना क टाइम हो गया जी? चौथी सूई है। चौथी सूई है गी, ठीक है ठीक आ। ते किन्ना क दुद्ध दा इहदे थल्ले होणा? 10 लीटर हो। 10 लीटर, ठीक आ। ते की माल मुल करदे हो जी इहदा? उहदा 95000 मांगदे तां। ठीक है जी, लैण देण कित्थों तक्का? ਮੈਂ ਤੇ ਕੋਈ ਮੌਕਾ ਦੇਖ ਲਾਂਗੇ, ਕੁਝ ਵਾਧ ਕਰ ਦਿਓ। ਠੀਕ ਆ ਠੀਕ ਆ। ਤੇ ਮੋਬਾਈਲ ਨੰਬਰ ਬੋਲ ਦਿਓ ਜੀ ਆਪਣਾ। 98788 98 ਲੈ ਬਾਈਆਂ ਦਾ ਆਹ ਕਨੈਕਟ ਨੰਬਰ ਆ। ਤੇ ਆਪਾਂ ਪਹਿਲਾਂ ਤੁਰਦੀ ਨੂੰ ਚੈੱਕ ਕਰਾ ਦਿੰਦੇ ਆਗੇ ਬਾਈਆਂ ਦੀ ਝੋਟੀ। ਤੁਰਦੀ ਨੂੰ ਤੁਸੀਂ ਚੈੱਕ ਕਰ ਲਓ, ਪਿੱਠਪੁੜੇ ਦੀ ਬਹੁਤ ਸੋਹਣੀ ਬਣਨ ਵਾਲੀ ਆ ਝੋਟੀ। ਬਾਕੀ ਕਨੈਕਟ ਨੰਬਰ ਆਪਾਂ ਸਕਰੀਨ 'ਤੇ ਲਾ ਦਾਂਗੇ, ਅਤੇ ਤੁਸੀਂ ਬਾਈਆਂ ਤੋਂ ਸਮਾਰ ਕੇ ਡਿਟੇਲ ਲੈ ਕੇ। ਅਤੇ 10 ਲੀਟਰ ਦੁੱਧ ਕਹਿੰਦੇ ਆ ਬਾਈ, ਅਤੇ ਠੂਠਾ ਵਾਲੀ ਪਿੰਡ ਹੈਗਾ। ਤਾਂ ਤੁਸੀਂ ਜਿਹੜਾ ਸਕਰੀਨ 'ਤੇ ਨੰਬਰ ਚੱਲਿਆ ਦਾ ਬਾਈਆਂ ਨਾਲ ਕਨੈਕਟ ਕਰਕੇ ਪਹਿਲੇ ਸੂਏ ਦੀ ਝੋਟੀ ਖਰੀਦ ਸਕਦੇ ਹੋ। ਸਿੰਘਾ ਸੁੰਘਾ ਦੀ ਸੋਹਣੀ ਹੈਗੀ ਅਤੇ ਬਣਨ ਵਾਲੀ ਆ ਝੋਟੀ। ਬਾਕੀ ਤੁਸੀਂ ਬਾਈਆਂ ਤੋਂ ਡਿਟੇਲ ਲੈ ਲਿਓ। ਅਤੇ ਦੁੱਧ ਜਿਹੜਾ ਬਾਈਆਂ ਨੇ ਦੱਸਿਆ 10 ਲੀਟਰ ਦੱਸਿਆ ਹੈਗਾ। ਅਤੇ ਬਾਕੀ ਤੁਸੀਂ ਮੌਕੇ 'ਤੇ ਚਵਾ ਕੇ, ਜੇ ਕਿਸੇ ਵੀਰ ਨੂੰ ਪਸੰਦ ਹੈ ਤਾਂ ਚਵਾ ਕੇ ਦੋ ਡੰਗ ਲਿਆ ਸਕਦੇ ਹੋ, ਠੀਕ ਹੈ ਜੀ। ਲੈ ਵੀ ਦੋਸਤੋ, ਤੁਹਾਨੂੰ ਆਪਾਂ ਜਿਹੜੀ ਆਪਾਂ ਮੱਝ ਤੋਰ ਕੇ ਦਿਖਾਉਂਦੇ ਨਾ ਸਾਹਮਣੇ, ਪਿੱਠਪੁੜੇ ਦੀ ਦੇਖ ਲਓ ਤੁਸੀਂ ਮਿੱਤਰੋ, ਪੂਰੀ ਖੁੱਲ੍ਹੀ ਹੈਗੀ ਅਤੇ ਕੱਦ ਗਾਠ ਵੀ ਚੰਗਾ ਗਾ। ਅਤੇ ਥਣਾਂ ਦੀ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਲਓ, ਅਤੇ ਕੱਦਗਾਰ ਚੰਗਾ ਮੱਝ ਦਾ, ਤੀਜੇ ਸੂਏ ਸੂਈ ਹੋਈ ਆ ਬਾਈ ਕਹਿੰਦੇ। ਅਤੇ ਬਾਕੀ ਆਪਾਂ ਸਮਾਰ ਕੇ ਤੁਹਾਨੂੰ ਡਿਟੇਲ ਲੈ ਕੇ ਦੇ ਦਾਂਗੇ, ਅਤੇ ਵੀ ਕਿੰਨਾ ਕੁ ਦੁੱਧ ਆਇਆ, ਕਿੰਨਾ ਟਾਈਮ ਹੋ ਗਿਆ ਸੂਈ ਨੂੰ, ਅਤੇ ਕੀ ਮਾਲ ਮੁੱਲ ਕਰਦੇ। ਆਪਾਂ ਬਾਈ ਤੋਂ ਸਾਰੀ ਡਿਟੇਲ ਲਵਾਂਗੇ। ਕੱਦਗਾਠ ਬਹੁਤ ਆ ਮੱਝ ਦਾ, ਅਤੇ ਪਿੱਠਕੁੜੇ ਦੀ ਵੀ ਪੂਰੀ ਖੁੱਲ੍ਹੀ ਹੈਗੀ। ਬੈਕ ਸਾਈਡ ਤੋਂ ਤੁਹਾਨੂੰ ਆਪਾਂ ਆਰਡਰ ਕੁਆਲਿਟੀ ਕਿਰਾਂ ਚੈੱਕ ਕਰਾ ਦਿੰਦੇ ਹਾਂਗੇ ਸਮਾਰ ਕੇ। ਆਰਡਰ ਆ ਜਿਹੜਾ ਬਹੁਤ ਸੋਹਣਾ ਲੱਗਿਆ ਹੋਇਆ। ਬਾਕੀ ਆਪਾਂ ਡਿਟੇਲ ਲੈ ਲੈਂਦੇ ਹਾਂ ਬਾਈਆਂ ਤੋਂ ਸਾਰੀ, ਅਤੇ ਕਨੈਕਟ ਨੰਬਰ ਲੱਗ ਜਾਂਦਾ। ਬੋਲੂ ਕਿਹੜਾ ਭਾਅ ਜੀ ਆਪਣਾ? ਇੱਧਰ ਆਇਓ ਸਾਹਮਣੇ ਆ ਜੀ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਹੜਾ ਪਿੰਡ ਆ ਬਾਈ ਆਪਣਾ? ਕਾਨਗੜ ਆ, ਜ਼ਿਲ੍ਹਾ ਮਾਨਸਾ ਬਾਈ। ਜ਼ਿਲ੍ਹਾ ਮਾਨਸਾ ਪਿੰਡ ਕਾਨਗੜ ਆ, ਠੀਕ ਆ। ਇਹ ਕਮੀ ਨਾ 5 ਦਿਨਾਂ ਦੀ ਇੱਕ ਪਹਿਲੀ ਮੱਝ, ਇੱਕ ਮੱਝ ਲੈ ਕੇ ਆ ਮੰਡੀ ਤੇ? ਹਾਂ ਇੱਕ ਲੈ ਕੇ ਆ। ਇੱਕ ਲੈ ਕੇ ਆ, ਕਰਦੀ ਹੈਗੀ? ਹਾਂਜੀ ਕਰਦੀ ਆ। ਕਰਦੀ ਹੈਗੀ, ਠੀਕ ਆ ਠੀਕ ਆ। 17 ਕਿਲੋ ਦੁੱਧ ਆ ਬਾਈ। 17 ਕਿਲੋ ਦੁੱਧ ਤਿਆਰ ਆ ਇਸ ਟਾਈਮ? ਹਾਂ। ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ? ਇੱਕ ਮਹੀਨਾ 5 ਦਿਨ ਹੋਏ। ਇੱਕ ਮਹੀਨਾ 5 ਦਿਨ ਹੋ ਗਏ, ਠੀਕ ਆ ਠੀਕ ਆ। ਦੋ ਡੰਗ ਚਵਾ ਦੋਗੇ ਇਸ ਤਰ੍ਹਾਂ ਹੀਟਰ? ਇੱਕ ਤਾਂ ਮੰਡੀ ਵਾਲਾ ਹੁੰਦਾ, ਇੱਕ ਘਰੇ, ਫਿਰ ਫਰਕ ਪੈ ਜਾਂਦਾ ਬਾਈ। ਆਪਣੇ 8 ਮੈਂ ਸਾਨੇ 8 ਆਹੀ ਕੋਸ, ਠੀਕ ਆ ਠੀਕ ਆ। ਬਾਈਆਂ ਕੋਲੇ ਲੈ ਵੀ 8 ਮੱਝਾਂ ਗਿਆ, ਕਹਿੰਦਾ 8ਾਂ ਦਾ ਵੀ ਆਹੀ ਕੋਸ ਹੈਗਾ, ਮੱਝਾਂ ਦਾ ਆਹੀ ਡਿਟੇਲ ਆ ਸਾਰੀ। ਤੇ ਕੀ ਮਾਲ ਮੁੱਲ ਕਰਦੇ ਹੋ ਬਾਈ? ਜਾਇਜ਼ ਜਾਇਦਾ 2 ਲੱਖ ਮੁੱਲ ਆ। 2 ਲੱਖ ਰੁਪਿਆ ਪੂਰਾ? ਹਾਂ ਬਾਈ। ਤੇ ਲੈਣ ਦੇਣ ਕਿੱਥੋਂ ਤੱਕ ਹੈਗਾ? ਲੈਣ ਦੇਣ ਬਾਈ 2.5 ਲੱਖ ਦੀ। 2.5 ਲੱਖ ਦੀ, ਠੀਕ ਆ। ਮੋਬਾਈਲ ਨੰਬਰ ਬੋਲ ਦਿਓ ਬਾਈ ਆਪਣਾ। 85590 85 948 85 948। ਲੈ ਵੀ ਬਾਈਆਂ ਦਾ ਆਹ ਕਨੈਕਟ ਨੰਬਰ ਹੈਗਾ। 2 ਲੱਖ ਰੁਪਿਆ ਬਾਈ ਮੁੱਲ ਮੰਗਦਾ ਗਾ। 17 ਲੀਟਰ ਬਾਈ ਕਹਿੰਦਾ ਦੁੱਧ ਤਿਆਰ ਆ ਇਸ ਟਾਈਮ, 2 ਡੰਗ ਚਵਾ ਕੇ ਦੇਵਾਂਗੇ ਆਪਾਂ। ਬਾਕੀ ਤੁਸੀਂ ਬਾਈਆਂ ਤੋਂ ਡਿਟੇਲ ਸਮਾਰ ਕੇ ਲੈ ਲਓ, ਕਨੈਕਟ ਨੰਬਰ ਆ ਜਿਹੜਾ ਉਹ ਸਕਰੀਨ 'ਤੇ ਚੱਲੀ ਜਾਂਦਾ ਗਾ। ਤਾਂ 2 ਡੰਗ ਤੁਸੀਂ ਜੇ ਕਿਸੇ ਵੀਰ ਨੂੰ ਪਸੰਦ ਆਉਂਦੇ ਆ ਤਾਂ 2 ਡੰਗ ਚਵਾ ਕੇ ਤਸੱਲੀ ਨਾਲ ਲੈ ਕੇ ਆਇਓ ਕਨੈਕਟ ਕਰਕੇ। ਅਤੇ ਬਾਈਆਂ ਕੋਲ ਹੋਰ ਵੀ ਆਏ, ਘਰ ਦੀ ਮੱਝ ਆ ਗਈ,
ਅਤੇ ਬਾਈ ਕਹਿੰਦਾ ਸੱਤੇ ਅੱਠੇ ਪਸ਼ੂ ਆ ਜਿਹੜੇ ਆਪਣੇ ਕੋਲ ਚੰਗੀ ਆ ਸਾਰੇ। ਵੈਸੇ ਵਿੱਚ ਉਹਨੂੰ ਲਿਆਏ ਵਪਾਰ ਦਾ ਕੰਮ ਕੋਈ ਨਹੀਂ, ਆਰਡਰ ਕੁਆਲਿਟੀ ਤੁਸੀਂ ਬੈਕ ਸਾਈਡ ਤੋਂ ਚੈੱਕ ਕਰ ਲਓ। 17 ਲੀਟਰ ਦੁੱਧ ਕਹਿੰਦੇ ਆ, ਜਿਹੜੇ ਹਿਸਾਬ ਦਾ ਆਰਡਰ ਕੁਆਲਿਟੀ ਲੱਗਿਆ ਵੀ ਹੋ ਸਕਦਾ 17 ਲੀਟਰ। ਬਾਕੀ ਤੁਸੀਂ ਬਾਈਆਂ ਤੋਂ ਸਮਾਰ ਕੇ ਡਿਟੇਲ ਲੈ ਲਿਓ ਅਤੇ ਕਨੈਕਟ ਕਰਕੇ ਡਿਟੇਲ ਲੈ ਕੇ ਸਮਾਰ ਕੇ ਤਾਂ ਤੁਸੀਂ ਆਹ ਤੀਜੇ ਸੂਏ ਸੂਈ ਹੋਈ ਹੈਗੀ ਤਾਂ 1 ਮਹੀਨਾ 5 ਦਿਨ ਹੋ ਗਏ ਸੂਈ ਨੂੰ, ਤਾਂ ਡਿਟੇਲ ਲੈ ਕੇ ਤੁਸੀਂ ਖਰੀਦ ਸਕਦੇ ਹੋ। ਹਾਂਜੀ, ਰਾਮ ਰਾਮ ਬਾਬੂ ਜੀ। ਰਾਮ ਰਾਮ ਜੀ। ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਕੜਸਾਣੇ ਤੋਂ। ਠੀਕ, ਕਿਹੜਾ ਜ਼ਿਲ੍ਹਾ? ਜ਼ਿਲ੍ਹਾ ਕੌਣ ਸਾ? ਨੂਪਗੜ੍ਹ। ਠੀਕ ਹੈ, ਠੀਕ ਆ। ਇੱਕ ਚੋਟੀ ਲੈ ਕੇ ਆਇਆ ਇੱਥੇ ਮੰਡੀ 'ਤੇ ਅੱਜ? ਠੀਕ ਆ, ਠੀਕ ਆ। ਅਤੇ ਕਿੰਨਾ ਕੁ ਦੁੱਧ ਤਿਆਰ ਹੈ ਇਹਦੇ ਥੱਲੇ? 14 ਕਿਲੋ ਹੈ। 2 ਡੰਗ 'ਚ ਪਾ ਦਿਓਗੇ 14 ਲੀਟਰ? 7-7 ਕਿਲੋ ਟਾਈਮ ਦਾ। 14 ਲੀਟਰ ਬਹੁਤ ਹੋ ਜਾਂਦਾ ਗਾ। 7 ਕਿਲੋ ਟਾਈਮ ਦਾ ਰਹਿੰਦੀ ਹੈ। ਠੀਕ ਆ, ਠੀਕ ਆ। ਅਤੇ ਕੀ ਮਾਲ ਮੁੱਲ ਕਰਦੇ ਹੋ ਇਹਦਾ? 1 ਲੱਖ ਰੁਪਈਆ। ਪੂਰਾ ਪੂਰਾ ਲੱਖ ਹੀ ਲਏਗਾ? ਚਲੋ 5-4 ਘੱਟ ਹੋ ਜਾਣਗੇ। ਨਹੀਂ, ਲੈਣ ਦੇਣ ਦੱਸ ਦਿਓ ਵੀ ਕਿੰਨੇ ਕੁ ਦੀ ਦੇਣੀ ਹੈਗੀ? 95,000 ਦੀ। ਹੋਰ ਵੀ ਮੌਕੇ 'ਤੇ ਮਾਨ ਤਾਨ ਹੋ ਜੂਗਾ? ਹੋ ਜੂਗਾ। ਠੀਕ ਆ, ਮੋਬਾਈਲ ਨੰਬਰ ਬੋਲ ਦਿਓ ਆਪਣਾ। ਨੰਬਰ ਬਥੇਰੇ ਨੰਬਰ ਬਤਾਈ ਤਾਰ। ਕਿੰਨਾ ਬੋਲੇ ਬਾਈ ਇੱਧਰ ਆ ਕੇ ਸਮਾਰ ਕੇ ਬੋਲੋ? 79 89 ਹਾਂ 89 883 32611। ਠੀਕ ਹੈ, ਠੀਕ ਹੈ। ਲਾਈਵ ਬਾਈਆਂ ਦਾ ਆਹ ਨੰਬਰ ਹੈਗਾ ਅਤੇ ਤੁਸੀਂ ਕਨੈਕਟ ਕਰ ਲਿਓ, ਆਪਾਂ ਸਕਰੀਨ 'ਤੇ ਨੰਬਰ ਲਾ ਦਾਂਗੇ। ਕਿਵੇਂ ਸੂਈ ਸੂਈ ਹੋਈ ਆ ਜੀ? ਦੂਜੇ ਸੂਈ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ? 12-13 ਦਿਨ ਹੋ ਗਏ। ਅਤੇ ਹੁਣ 13-14 ਲੀਟਰ ਦੁੱਧ ਤਿਆਰ ਹੈ ਜਮਾਂ? ਠੀਕ ਆ, ਠੀਕ ਆ। ਅਤੇ ਲਓ ਬਾਈ 2 ਡੰਗ ਤਸੱਲੀ ਕਰਕੇ ਦੇਣਗੇ, ਹਰਿਆਣੇ 'ਚੋਂ ਆਏ ਹੈਗੇ। ਬਾਕੀ ਪਸ਼ੂ ਕਿਵੇਂ ਮਰਜ਼ੀ ਲਾ ਲਓ, ਹਰਿਆਣੇ ਦੇ ਦੁੱਧ ਵਾਲੇ ਹੁੰਦੇ ਹੈਗੇ ਚੰਗੇ। ਅਤੇ ਕਨੈਕਟ ਨੰਬਰ ਆਪਾਂ ਸਕਰੀਨ 'ਤੇ ਲਾ ਦਾਂਗੇ ਬਾਈਆਂ ਦਾ, ਤੁਸੀਂ ਕਨੈਕਟ ਕਰਕੇ ਜੇ ਤੁਹਾਨੂੰ ਆਹ ਦੂਜੇ ਸੂਏ ਦੀ ਝੋਟੀ ਪਸੰਦ ਆਏ ਤਾਂ ਬਾਈਆਂ ਕਨੈਕਟ ਕਰਕੇ ਤੁਸੀਂ ਖਰੀਦ ਸਕਦੇ ਹੋ। ਲੈ ਵੀ ਤੁਹਾਨੂੰ ਇੱਕ ਝੋਟੀ ਦਿਖਾਉਣਾ ਤੋਰ ਕੇ, ਆ ਬੱਚੀ ਦੀ ਉਮਰ ਤੁਸੀਂ ਦੇਖ ਲਓ 10 ਸਾਲਾਂ ਦਾ ਹੀ ਆ। ਅਤੇ ਬਾਕੀ ਆਪਾਂ ਇਸੇ ਬੱਚੀ ਤੋਂ ਡਿਟੇਲ ਲੈ ਕੇ ਦੇਵਾਂਗੇ ਛੋਟਾ ਜਿਹਾ ਵਪਾਰੀ ਤੋਂ ਵੀ ਕੀ ਮਾਲ ਮੁੱਲ ਕਰਦਾ ਇਹਦਾ ਕਿਵੇਂ ਕੁਛ ਆ, ਤੁਸੀਂ ਤੁਰਦੀ ਨੂੰ ਚੈੱਕ ਕਰ ਲਓ। ਅਤੇ ਦੇਖੋ ਤੁਸੀਂ ਕੱਟੀ ਸਾਹਮਣੇ ਲੈ ਕੇ ਨਾਲ ਭੱਜਿਆ ਫਿਰਦਾ ਗਾ। ਅਤੇ ਬਾਕੀ ਆਪਾਂ ਡਿਟੇਲ ਉਹ ਰੋਕ ਲਾ, ਇੱਥੇ ਰੋਕ ਲਾ, ਆ ਜਾ ਵੀ ਮੁੰਡਾ ਇੱਥੇ ਖੜ ਜਾ, ਇੱਥੇ ਖੜ ਜਾ ਭਾਂਜੇ। ਹਾਂ ਵੀ ਕੀ ਨਾਮ ਆ ਤੇਰਾ? ਹੈਂ? ਸੁਨੀਲ। ਸੁਨੀਲ ਆ, ਠੀਕ ਆ। ਕਿਹੜੇ ਗਾਓਂ ਸੇ ਆਇਆ ਹੂੰ? ਫਤਿਹਾਬਾਦ ਤੋਂ ਹੀ ਆ, ਇੱਥੋਂ ਹੀ ਆ, ਲੋਕਲ ਆ। ਠੀਕ ਆ, ਠੀਕ ਆ। ਅਤੇ ਇੱਕ ਚੋਟੀ ਲੈ ਕੇ ਆਇਆ ਇਹ ਆਪਣੀ? ਅਤੇ ਕਿਵੇਂ ਸੂਏ ਆ ਇਹ? ਦੂਜੇ ਸੂਏ ਸੂਈ ਹੋਈ ਆ? ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ? 1.5 ਮਹੀਨਾ। ਠੀਕ ਆ, ਠੀਕ ਆ। ਕਿੰਨਾ ਦੁੱਧ ਆ ਹੁਣ ਇਹਦੇ ਥੱਲੇ? 14 ਲੀਟਰ ਹੈਗਾ। ਚਬਾ ਦੇਗਾ ਪੱਕਾ ਜਮਾ ਘਰੇ 2 ਡੰਗ? ਠੀਕ ਆ, ਠੀਕ ਆ। ਅਤੇ ਕੀ ਮਾਲ ਮੁੱਲ ਕਰਦਾ ਇਹਦਾ? 85,000 ਦੀ ਦੇਗਾ ਜਮਾ? ਘੱਟ ਕਰਦਾ ਨਹੀਂ? ਥੋੜ੍ਹੇ ਜਿਹੇ ਤਾਂ ਘੱਟ ਕਰ ਲਈ ਯਾਰ। ਮੋਬਾਈਲ ਨੰਬਰ ਬੋਲ ਫਿਰ ਤੇਰਾ। 85,720 11,547 ਹੈ? 43। ਠੀਕ ਆ। ਲੈ ਵੀ ਮਿੱਤਰੋ ਬੱਚੀ ਦਾ ਆਹ ਕਨੈਕਟ ਨੰਬਰ ਹੈਗਾ, 85,000 ਦਾ ਲੈਣ ਦੇਣ ਹੈਗਾ, ਕਹਿੰਦਾ ਜਮਾਂ ਛੱਡਾਂਗੇ। ਦੁੱਧ ਕਿੰਨਾ ਹੈਗਾ? 14 ਲੀਟਰ 14 ਲੀਟਰ, ਠੀਕ ਆ। 14 ਲੀਟਰ ਦੁੱਧ ਹੈਗਾ। ਅਤੇ ਤੁਸੀਂ ਕਨੈਕਟ ਕਰ ਲਿਓ, ਨੰਬਰ ਆਪਾਂ ਸਕਰੀਨ 'ਤੇ ਲਾ ਦਾਂਗੇ। ਦੂਜੇ ਸੂਏ ਦੀ ਝੋਟੀ ਹੈਗੀ, ਬਾਕੀ ਤੁਸੀਂ ਬੱਚੀ ਤੋਂ ਡਿਟੇਲ ਲੈ ਲਿਓ ਸਮਾਰ ਕੇ। ਠੀਕ ਆ ਦੋਸਤੋ, 116-117 ਲੀਟਰ ਦੁੱਧ ਲਈ ਮੱਝ ਦਿਖਾਉਣਾ ਤੋਰ ਕੇ ਝੋਟੀ। ਅਤੇ ਬਾਕੀ ਆਪਾਂ ਡਿਟੇਲ ਲਾਵਾਂਗੇ ਇਹਨੂੰ, ਤੁਰਦੀ ਨੂੰ ਚੈੱਕ ਕਰ ਲਓ, ਪਿੱਠ ਪੁੜੇ ਦੀ ਪੂਰੀ ਖੁੱਲ੍ਹੀ ਆ। ਅਤੇ ਆਰਡਰ ਕੁਆਲਿਟੀ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਅਤੇ ਸਾਈਡ ਤੋਂ ਵੀ ਚੈੱਕ ਕਰਾ ਦਿੰਦੇ ਆਪਾਂ ਤੁਹਾਨੂੰ। ਆਰਡਰ ਜਿਹੜਾ ਮੱਝ 'ਤੇ ਲੱਗਿਆ ਪੂਰਾ ਸੋਹਣਾ ਲੱਗਿਆ ਮਿੱਤਰੋ, ਐਵੇਂ ਨਹੀਂ ਬਾਈ, 16-17 ਲੀਟਰ ਦੁੱਧ ਕਹਿੰਦਾ ਅਤੇ ਆਰਡਰ ਦੇ ਹਿਸਾਬ ਨਾਲ ਦੁੱਧ ਜ਼ਰੂਰ ਹੈਗਾ 16-17 ਲੀਟਰ ਮੱਝ ਥੱਲੇ। ਪਿੱਠ ਪੁੜੇ ਦੀ ਅਤੇ ਕੱਦ ਕਾਠ ਦੀ ਪੂਰੀ ਚੰਗੀ ਹੈਗੀ। ਅਤੇ ਬਾਕੀ ਆਪਾਂ ਬਾਈ ਤੋਂ ਡਿਟੇਲ ਲੈ ਦਿੰਦੇ ਹਾਂ ਵੀ ਕੀ ਮਾਲ ਮੁੱਲ ਕਰਦਾ ਇਹਦਾ, ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ, ਅਤੇ ਕਿੱਥੋਂ ਕੁ ਤੱਕ ਛੱਡਣੀ ਹੈ, ਅਤੇ ਕਨੈਕਟ ਨੰਬਰ ਵੀ ਲੈ ਕੇ ਦੇਵਾਂ ਬਾਈ ਦਾ। ਮੱਝ ਤੁਸੀਂ ਖੜੀ ਚੈੱਕ ਕਰ ਸਕਦੇ ਹੋ ਅਤੇ ਆਰਡਰ 'ਤੇ ਨਾੜਾਂ ਤੁਸੀਂ ਦੇਖ ਲਓ ਸਾਈਡ ਤੋਂ, ਪੂਰੀਆਂ ਵਧੀਆ ਨਾੜਾਂ ਲੱਗੀਆਂ ਆਰਡਰ 'ਤੇ। ਅਤੇ ਬਾਕੀ ਆਪਾਂ ਬਾਈ ਤੋਂ ਡਿਟੇਲ ਲੈਂਦੇ ਸਾਰੀ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਕਿਹੜੀ ਜਗ੍ਹਾ ਤੋਂ ਆਏ ਬਾਈ ਆਪਾਂ? ਮੰਡੀਆਂ ਤੋਂ। ਠੀਕ ਆ, ਕਿਹੜਾ ਜ਼ਿਲ੍ਹਾ ਪੈ ਜਾਂਦਾ? ਠੀਕ, ਹਸਿਆਰ ਆ। ਜਿਹੜੀ ਆਪਾਂ ਬਾਈ ਤੇਰੀ ਮੱਝ ਤੋਰ ਕੇ ਦਿਖਾਈ ਹੈ, ਇਹਦੀ ਕੀ ਡਿਟੇਲ ਆ ਗਈ? 1 ਹਫ਼ਤਾ ਹੋ ਗਿਆ ਸੂਈ ਨੂੰ ਅਤੇ 16 ਲੀਟਰ ਦੁੱਧ ਤਿਆਰ ਹੈਗਾ, 2 ਡੰਗ 'ਚ ਪਾ ਦਿਓਗੇ ਜਮਾਂ? ਠੀਕ ਆ, ਠੀਕ ਆ। ਅਤੇ 1 ਹਫ਼ਤਾ ਹੋ ਗਿਆ ਇਹਨੂੰ ਸੂਈ ਨੂੰ, ਕਿਵੇਂ ਸੂਈ ਸੂਈ ਆ ਇਹ? ਤੀਸਰੇ ਸੂਏ ਆ। ਅਤੇ ਦੂਸਰੇ ਸੂਏ ਕਿੰਨਾ ਕੁ ਦੁੱਧ ਦਿੱਤਾ ਸੀ ਇਹਨੇ? 17 ਲੀਟਰ ਆਪਦੀ ਘਰ ਦੀ ਆ ਮੱਝ ਕੇ ਵਪਾਰ ਦੀ ਆ? ਠੀਕ ਆ, ਠੀਕ ਆ। 16 ਲੀਟਰ ਕਹਿ ਕੇ ਦਿੱਤੀ ਆ ਤੁਹਾਨੂੰ ਪਿਛਲੀ ਵਾਰੀ, 16-17 ਲੀਟਰ ਅਤੇ ਵੀ ਐਤਕੀ 16 ਲੀਟਰ ਦਊਗੀ।
ਠੀਕ ਆ ਤੇ ਮੋਬਾਈਲ ਨੰਬਰ ਬੋਲੇ ਆਪਣਾ ਹਾਂਜੀ ਬੋਲੋ ਮੋਬਾਈਲ ਨੰਬਰ 81686 ਹਾਂਜੀ 21102 ਇੱਕ ਵਾਰੀ ਹੋਰ ਬੋਲ ਦਿਓ 81686 21102 ਠੀਕ ਹੈ ਜੀ ਲੈ ਮਿੱਤਰੋ ਬਾਈਆਂ ਦਾ ਆਹ ਕਨੈਕਟ ਨੰਬਰ ਹੈਗਾ ਜੇ ਤੁਹਾਨੂੰ ਤੀਜੇ ਸੂਏ ਸੂਈ ਹੋਈ ਹੈਗੀ ਸਭ ਤੱਕ ਹੋ ਗਿਆ 17 ਲੀਟਰ ਬਾਈ ਕਹਿੰਦਾ ਦੁੱਧ ਤਿਆਰ ਹੈਗਾ ਅਤੇ ਤੁਸੀਂ ਬਾਈਆਂ ਦਾ ਕਨੈਕਟ ਕਰ ਲਿਓ ਆਪਾਂ ਨੰਬਰ ਸਕਰੀਨ 'ਤੇ ਲਾ ਦਾਂਗੇ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਆ 16-17 ਲੀਟਰ ਦੁੱਧ ਵਾਲੀ ਤਾਂ ਤੁਸੀਂ ਬਾਈ ਨਾਲ ਕਨੈਕਟ ਕਰਕੇ ਆਹ ਜਿਹੜੀ ਸਾਹਮਣੇ ਝੋਟੀ ਬੈਠੀ ਆ ਤੀਜੇ ਸੂਏ ਸੂਈ ਹੋਈ ਆ ਤਾਂ ਤੁਸੀਂ ਬਾਈ ਨਾਲ ਕਨੈਕਟ ਕਰਕੇ ਸਮਾਰ ਕੇ ਡਿਟੇਲ ਲੈ ਕੇ ਝੋਟੀ ਖਰੀਦ ਸਕਦੇ ਹੋ ਹਾਂਜੀ ਦੋਸਤੋ ਤੁਹਾਨੂੰ ਇੱਕ ਆਪਾਂ ਹੋਰ 4 ਮਹੀਨਿਆਂ ਦੀ ਸੂਈ ਹੋਈ ਮੱਝ ਦਿਖਾਉਂਦੇ ਹਾਂਗੇ ਅਤੇ ਬਾਈ ਕਹਿੰਦਾ 2-2.5 ਮਹੀਨਿਆਂ ਦੀ ਚੈੱਕ ਪਾਸ ਆ ਗੱਭਣ ਆ ਗਈ ਅਤੇ ਬਾਕੀ ਆਪਾਂ ਬਾਈ ਤੋਂ ਡਿਟੇਲ ਲੈ ਦਾਂਗੇ ਖੜ੍ਹੀ ਨੂੰ ਤੁਸੀਂ ਚੈੱਕ ਕਰ ਲਓ ਪਹਿਲਾਂ ਅਤੇ ਬਾਈ ਤੋਂ ਆਪਾਂ ਬਾਕੀ ਸਾਰੀ ਡਿਟੇਲ ਲੈਂਦੇ ਹਾਂ ਵੀ ਕਿਵੇਂ ਸੂਏ ਸੂਈ ਹੋਈ ਆ ਇਹ ਕਿੰਨਾ ਟਾਈਮ ਹੋ ਗਿਆ ਆ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਇੱਥੇ ਕੱਢ ਜਾਓ 4 ਮਹੀਨੇ ਹੋ ਗਏ ਸੂਈ ਨੂੰ 2 ਮਹੀਨੇ ਹੀ ਗੱਭਣਾ ਕਿਹੜਾ ਪਿੰਡ ਆਪਣਾ ਕੁੱਲਰੀਆਂ ਠੀਕ ਆ ਠੀਕ ਆ ਕੀ ਮਾਲ ਮੁੱਲ ਕਰਦੇ ਹੋ ਇਹਦਾ ਜਾਇਜ਼ ਆ 50,000 ਮੰਗਦੇ ਹੋ ਠੀਕ ਆ ਅਤੇ 2 ਮਹੀਨੇ ਚੈੱਕ ਪਾਸ ਆ ਗਈ ਠੀਕ ਆ ਅਤੇ ਕਿੱਥੋਂ ਤੱਕ ਲੈਣ ਦੇਣਾ ਲਾਸਟ 2-50 ਦੀ ਠੀਕ ਆ ਹੋਰ ਵੀ ਮਾਨ ਤਾਣ ਹੋਜੂ ਮੌਕੇ 'ਤੇ ਹਾਂ ਠੀਕ ਮੋਬਾਈਲ ਨੰਬਰ ਬੋਲਿਆ ਆਪਣਾ 98781 90235 ਠੀਕ ਆ ਠੀਕ ਆ ਇੱਕ ਬਾਈ ਕੋਲ ਤਾਜ਼ੀ ਹੈਗੀ ਉੱਧਰ ਖੜ੍ਹੀ ਆ ਜਿਹੜੀ ਅਤੇ ਬਾਕੀ ਜੇ ਤੁਹਾਨੂੰ ਆਹ ਪਸੰਦ ਆ ਗਈ 2 ਮਹੀਨਿਆਂ ਦੀ ਗੱਭਣ ਆ ਗਈ ਬਾਈ ਕਹਿੰਦਾ 4 ਮਹੀਨੇ ਹੋ ਗਏ ਸੂਈ ਨੂੰ ਅਤੇ ਦੁੱਧ ਕਿੰਨਾ ਤਿਆਰ ਆ ਇਹਦੇ ਥੱਲੇ ਹੁਣ ਹੈਗਾ ਕਿੰਨਾ ਕੁ ਦੁੱਧ ਦਿੰਦੀ ਆ 6.5 ਕਿਲੋ ਠੀਕ ਆ 6.5 ਕਿਲੋ ਦੁੱਧ ਦਿੰਦੀ ਆ ਜੀ ਅਤੇ ਬਾਕੀ ਬਾਈ ਕੋਲ ਤਾਜ਼ੀ ਸੂਈ ਹੈ ਉੱਧਰ ਖੜ੍ਹੀ ਹੈਗੀ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਤਾਂ ਤੁਸੀਂ ਆਹ ਮੱਝ ਖਰੀਦ ਸਕਦੇ ਹੋ ਇਹ ਨਹੀਂ ਆਹ ਤਾਜ਼ੀ ਸੂਈ ਦਾ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂਗੇ ਲੈ ਬਾਈ ਕੋਲ ਆਹ ਸੱਜਰ ਸੂਈ ਆ ਗਈ ਮੱਝ ਅਤੇ ਬਾਕੀ ਕਿੰਨਾ ਦੁੱਧ ਤਿਆਰ ਆ ਜੀ ਇਹਦੇ ਥੱਲੇ 11 ਕਿਲੋ 2 ਡੰਗ 'ਚ ਪਾ ਦਿਓਗੇ ਠੀਕ ਆ ਠੀਕ ਆ ਅਤੇ ਥਣ ਥੁਣ ਕਿਵੇਂ ਆ ਬਾਈ ਸਾਫ਼ ਆ ਗਏ ਠੀਕ ਆ ਠੀਕ ਆ ਅਤੇ ਕਿਵੇਂ ਸੂਏ ਸੂਈ ਹੋਈ ਆ ਹੁਣ ਚੌਥੇ ਸੂਏ ਠੀਕ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ 20 ਕੁ ਦਿਨ ਹੋਏ ਆ 11 ਕਿਲੋ ਹੈਗਾ ਤਿਆਰ ਆ ਠੀਕ ਆ ਅਤੇ ਇਹਦਾ ਕੀ ਮਾਲ ਮੁੱਲ ਕਰਦੇ ਹੋ ਜੀ 85,000 ਦੀ ਲੈਣ ਦੇਣਾ ਜਮਾ ਮਾਨ ਤਾਣ ਹੋ ਜੂ ਮੌਕੇ 'ਤੇ ਠੀਕ ਆ ਲੈ ਬਾਈ ਇਹਦਾ 85,000 ਮੰਗਦਾ ਬਾਕੀ ਮਾਨ ਤਾਣ ਮੌਕੇ 'ਤੇ ਹੋ ਜੂਗਾ ਮੋਬਾਈਲ ਨੰਬਰ ਇੱਕ ਵਾਰੀ ਹੋਰ ਬੋਲਦੇ ਜੀ 98781 90235 ਅਤੇ ਬਾਈਆਂ ਦਾ ਆਪਾਂ ਕਨੈਕਟ ਨੰਬਰ ਵੀ ਸਕਰੀਨ 'ਤੇ ਲਾ ਦਾਂਗੇ ਤਾਂ ਤੁਸੀਂ ਬਾਈ ਨਾਲ ਡਿਟੇਲ ਸਮਾਰ ਕੇ ਲੈ ਕੇ ਤਾਂ ਤੁਸੀਂ ਜੇ ਆਹ ਸੱਜਰ ਸੂਈ ਲੈਣੀ ਆ ਇਹ ਲੈ ਆ ਜਾਓਗੇ 11 ਕਿਲੋ ਦੁੱਧ ਆ ਰਿਹਾ ਜੇ ਤੋਕੜ ਲੈ ਤਾਂ ਬਾਈ ਨਾਲ ਤੁਸੀਂ ਕਨੈਕਟ ਕਰ ਲਿਓ ਨੰਬਰ 'ਤੇ ਅਤੇ ਮੱਝ ਖਰੀਦ ਸਕਦੇ ਹੋ ਹਾਂਜੀ ਦੋਸਤੋ ਲਓ ਵੀ ਤੁਹਾਨੂੰ ਇੱਕ ਆਪਾਂ ਤੋਕੜ ਗੋਭਣ ਮੱਝ ਦਿਖਾਉਂਦੇ ਹਾਂਗੇ ਸਾਹਮਣੇ ਖੜ੍ਹੀ ਹੈਗੀ ਅਤੇ ਬਾਕੀ ਆਪਾਂ ਬਾਈਆਂ ਤੋਂ ਡਿਟੇਲ ਲੈ ਕੇ ਦੇਵਾਂਗੇ ਸਾਰੀ ਵੀ ਕੀ ਮਾਲ ਮੁੱਲ ਕਰਦੇ ਆ ਕਿੰਨੇ ਚਿਰ ਦੀ ਗੱਭਣ ਹੈਗੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਕਿੰਨਾ ਦੁੱਧ ਹੁੰਦੀ ਹੈਗੀ ਸਾਰੀ ਡਿਟੇਲ ਲੈ ਕੇ ਦੇਵਾਂਗੇ ਤੋਰਦੇ ਬਾਈ ਤੋਰਦੇ ਐਨ ਮਾੜੀ ਜਿਹੀ ਤੋਰੀ ਤੁਰਦੀ ਨੂੰ ਪਹਿਲਾਂ ਚੈੱਕ ਕਰ ਲਓ ਤੁਸੀਂ ਮਿੱਤਰੋ ਫਿਰ ਬਾਕੀ ਆਪਾਂ ਬਾਈ ਤੋਂ ਡਿਟੇਲ ਲੈ ਦਾਂਗੇ ਆਰਡਰ ਉਡਰ ਤੁਸੀਂ ਦੇਖ ਲਓ ਕੋਟ ਲਿਆ ਬਾਈ ਦੁੱਧ ਤਾਂ ਪੁੱਛਦੇ ਬਾਈ ਨੂੰ ਕਿੰਨਾ ਕੁ ਦਿੰਦੀ ਆ ਜੀ ਆਪੇ ਬੋਲਾਂਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆਏ ਜੀ ਆਪਾਂ ਠੀਕ ਹੈ ਜੀ ਕਿਹੜੇ ਜ਼ਿਲ੍ਹੇ 'ਚ ਪੈ ਜਾਂਦਾ ਜ਼ਿਲ੍ਹਾ ਸੰਗਰੂਰ ਆ ਜਿਹੜੀ ਬਾਈ ਆਪਣੀ ਆਹ ਮੱਝ ਤੋਰ ਕੇ ਦਿਖਾਈ ਇਹ ਕਿੰਨੇ ਚਿਰ ਦੀ ਗੱਭਣ ਆ ਗਈ ਸਾਢੇ 4 ਮਹੀਨਿਆਂ ਦੀ ਆ ਠੀਕ ਆ ਠੀਕ ਆ ਅਤੇ ਕਿੰਨਾ ਕੁ ਚਿਰ ਹੋ ਗਿਆ ਸੂਈ ਨੂੰ ਪਹਿਲਾਂ ਸੂਈ ਨੂੰ ਹੋ ਗਿਆ 8 ਮਹੀਨੇ ਬਾਈ 8 ਮਹੀਨੇ ਹੋ ਗਏ ਸੂਈ ਨੂੰ ਠੀਕ ਹੈ ਜੀ ਅਤੇ ਕਿੰਨਾ ਦੁੱਧ ਆ ਹੁਣ 9 ਕਿਲੋ ਠੀਕ ਆ ਕੀ ਮਾਲ ਮੁੱਲ ਕਰਦੇ ਹੋ ਇਹਦਾ 65,000 ਆ ਲੈਣ ਦੇਣ ਕਿੱਥੋਂ ਤੱਕ ਆ ਲਾਸਟ 58,000 ਦੀ ਹੋਰ ਵੀ ਮੌਕੇ 'ਤੇ ਮਾਨਦਾਨ ਹੋ ਜੂਗਾ ਠੀਕ ਆ ਮੋਬਾਈਲ ਨੰਬਰ ਬੋਲਦੇ ਜੀ ਆਪਣਾ 98095 ਠੀਕ ਹੈ ਜੀ ਲੈ ਵੀ ਬਾਈਆਂ ਦਾ ਆਹ ਮੋਬਾਈਲ ਨੰਬਰ ਆਪਾਂ ਸਕਰੀਨ 'ਤੇ ਵੀ ਲਾ ਦਾਂਗੇ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਹੈਗੀ 65,000 ਬਾਈ ਮੁੱਲ ਕਰਦਾ ਗਾ 58,000 ਤੱਕ ਕਹਿੰਦਾ ਸਾੜ ਦਾਂਗੇ ਹੋਰ ਵੀ ਮੌਕੇ 'ਤੇ ਮਾਨਦਾਨ ਹੋ ਜੂ ਜੇ ਕੋਈ ਵੀਰ ਮੱਝ ਪਸੰਦ ਆਉਂਦੀ ਹੈਗੀ 4.5 ਮਹੀਨੇ ਦੀ ਗੱਭਣ ਆ ਗਈ ਤਾਂ ਤੁਸੀਂ ਬਾਈ ਤੋਂ ਮੋਬਾਈਲ 'ਤੇ ਕਨੈਕਟ ਨੰਬਰ 'ਤੇ ਡਿਟੇਲ ਲੈ ਲਿਓ ਸਮਾਰ ਕੇ ਅਤੇ ਬਾਈ ਨਾਲ ਕਨੈਕਟ ਕਰਕੇ ਤੁਸੀਂ ਮੱਝ ਖਰੀਦ ਸਕਦੇ ਹੋਰ ਵੀ ਮੱਝਾਂ ਹੈਗੀਆਂ ਬਾਈ ਆਪਣੇ ਕੋਲ ਇੱਕ ਮੱਝ ਹੀ ਲੈ ਕੇ ਆਏ ਹੋ ਠੀਕ ਆ ਇੱਕ ਮੱਝ ਹੈਗੀ ਵਪਾਰ ਦਾ ਕੰਮ ਆ ਜੀ ਆਪਣਾ
ਠੀਕ ਆ ਤੇ ਘਰੇ ਵੀ ਪਸ਼ੂ ਹੋਣਗੇ ਹੋਰ ਹੈਗੇ ਤੋਕੜ ਗੱਭਣਾ ਹਾਂ ਠੀਕ ਆ ਲੈ ਵੀ ਬਾਈ ਕੋਲ ਹੋਰ ਵੀ ਤੋਕੜ ਗੱਭਣਾ ਪਸ਼ੂ ਘਰੇ ਹੈਗੇ ਹੈਗੇ ਤਾਂ ਤੁਸੀਂ ਵੀਰ ਨਾਲ ਤੁਸੀਂ ਕਨੈਕਟ ਕਰਕੇ ਜੇ ਤੁਹਾਨੂੰ ਆ ਜਿਹੜੀ ਸਾਹਮਣੇ ਆਪਾਂ ਮੱਝ ਦਿਖਾਈ ਇਹ ਚੈੱਕ ਕਰ ਲਿਓ ਨਹੀਂ ਬਾਈ ਨਾਲ ਹੋਰ ਕਨੈਕਟ ਕਰਕੇ ਹੋਰ ਗੱਲਬਾਤ ਤੁਸੀਂ ਕਰ ਸਕਦੇ ਹੋ ਤੋਕੜ ਗੱਭਣਾ ਬਾਈ ਕੋਲ ਮੱਝਾਂ ਹੁੰਦੀਆਂ ਠੀਕ ਆ ਬਾਈ।